ਸਲਾਮ ਅਲੈਕੁਮ ਭਾਜੀ। ਵਾਲੇਕੁਮ ਸਲਾਮ। ਚਾਬੀ ਭਾਜੀ ਦੇ ਦਿਓ। ਹਾਂਜੀ ਚਾਬੀ ਹੋਟਲ ਵੱਲੋਂ। ਹਾਂਜੀ ਚਾਬੀ। ਕਿੱਥੇ ਲਾਣੀ? ਕਿੱਥੇ ਸਹੀ ਲੱਗੀ ਹੈ, ਰਹਿਣ ਦਿਓ। ਨਹੀਂ ਲਾਣੀ ਨਹੀਂ ਭਾਜੀ, ਮੈਂ ਲੈ ਕੇ ਚੱਲਾਂ ਗੱਡੀ। ਕਿੱਥੇ ਲੈ ਕਿੱਥੇ ਚੱਲਿਆ? ਇਹ ਗੱਡੀ ਮੈਂ ਖਰੀਦੀ ਹੈ ਭਾਜੀ। ਖਰੀਦੀ ਕਿੱਥੋਂ? ਮੈਂ ਤਾਂ ਵੇਚੀ ਨਹੀਂ। ਖਰੀਦੀ ਤੂੰ ਕਿੱਥੋਂ? ਨਹੀਂ ਨਹੀਂ ਤੇ ਤੁਸੀਂ ਆਪਣੇ ਦੋਸਤ ਨਾਲ ਫੋਨ ਤੇ ਗੱਲ ਕੀਤੀ ਸੀ ਨਾ ਕਿ ਗੱਡੀ ਵੇਚਣੀ। ਉਹ ਤਾਂ ਮੈਂ ਉਹਨੂੰ ਕਿਹਾ ਸੀ ਵੇਚਣੀ ਹੈ। ਅੱਜ ਮੈਂ ਇਹਨਾਂ ਨੂੰ ਵੇਚੀ ਆ, ਪ੍ਰਾਪਰਟੀ ਡੀਲਰ ਨੇ। ਮੈਂ ਲਈ ਜੀ, ਇਹਨਾਂ ਨੂੰ ਵੇਚ ਦਿੱਤੀ ਹੈ ਤੇ ਮੈਂ ਹੁਣ ਚਾਬੀ। ਇਹ ਲਓ ਭਾਜੀ ਚਾਬੀ। ਉਹ ਪ੍ਰਾਪਰਟੀ ਡੀਲਰ ਇਹ ਕਿਹੜਾ ਕੋਈ 10 ਮਰਲੇ ਦੀ ਗੱਡੀ ਮੈਂ ਲਈ ਫਿਰਨ ਡਿਆ? ਨਹੀਂ ਨਹੀਂ, ਸ਼ੋਰੂਮ ਆਣਾ ਭਾਜੀ, ਗੱਡੀਆਂ ਵੇਚਦੇ ਖਰੀਦਦੇ ਨੇ ਤੇ ਵੇਚਦੇ। ਭਾਜੀ ਚੈੱਕ ਕਰ ਲਓ ਤੁਸੀਂ ਭਾਜੀ, 1,60,000 ਰੁਪਇਆ ਦਿੱਤਾ ਮੈਂ ਇਹਦਾ। ਗੱਡੀ ਚੈੱਕ ਕਰ ਲਓ ਤੁਸੀਂ ਅੱਛੀ ਤਰ੍ਹਾਂ, ਵੇਖ ਲਓ ਖੋਲ ਕੇ ਇੱਧਰੋਂ ਭਾਜੀ। ਇਹ ਵੇਖੋ ਨਾ ਅੰਦਰ ਜਾ ਕੇ ਭਾਈ, ਅੰਦਰ ਚੀਜ਼ਾਂ ਪਈਆਂ। ਲਓ ਭਾਈ ਪੁੱਛੋ, ਇੱਕ ਮਿੰਟ। ਚੀਜ਼ਾਂ ਭਾਜੀ ਸਮਾਨ ਸਮਾਨ ਪਿਆ ਯਾਰ, ਉਹ ਲੈ ਆ। ਕਿਹੜੀਆਂ ਚੜੇਲਾਂ ਪਈਆਂ ਨੇ? ਚਾਬੀ ਦੇ ਲੈ ਪੈਸੇ ਦਿੱਤੇ ਨੇ ਭਾਈ। ਕਾਦੇ ਪੈਸੇ? ਕਿੰਨੇ ਪੈਸੇ ਦਿੱਤੇ ਨੇ? 1,60,000। ਆ ਗੱਡੀ ਪੂਰੀ 1,60,000 ਦੀ ਉਹਨਾਂ ਨੇ ਲੈ ਲਈ। ਮੈਂ ਕਹਿ ਦਿੱਤਾ, ਮੈਂ ਕਿਹਾ ਤੁਹਾਡੀ ਹੈ ਭਾਜੀ, ਤੁਸੀਂ ਦੋਸਤ ਨਾਲ ਫੋਨ ਤੇ ਗੱਲ ਕੀਤੀ ਸੀ ਨਾ? ਨਹੀਂ, 1,60,000 ਦੀ ਕੋਈ ਖਡਾਉਣਾ ਹੈ ਗੱਡੀ? ਹੈ ਇਹੀ ਗੱਡੀ ਭਾਜੀ, 1,60,000 ਦੀ ਭਾਈ। 1,60,000 ਦੀ ਮੈਂ ਚੋਰੀ ਦੀ ਗੱਡੀ ਲਈ ਫਿਰਨਾ? ਚਾਬੀ ਦੇ ਭਾਜੀ, ਇਹ ਨਹੀਂ ਪਤਾ ਚੋਰੀ ਹੈ ਜੀ, ਕਾਗਜ਼ ਚੈੱਕ ਕਰਾ ਲਾਂਗੇ ਚੋਰੀ ਦੀ, ਹੋਈ ਤਾਂ ਵਾਪਸ ਕਰ ਦੇਵਾਂਗੇ ਤੁਹਾਨੂੰ ਚਾਬੀ। ਦੇ ਨਹੀਂ ਤੇ ਕਮੇਟੀ ਦੇ ਪੈਸੇ ਜੋ ਗੱਡੀ ਲਈ, ਚਾਬੀ ਕਿਵੇਂ ਤੁਹਾਨੂੰ ਦੇ ਦਿਆਂ ਮੈਂ? ਭਾਈ ਚਾਬੀ ਦਿਓ ਯਾਰ। ਉਹ ਭਾਜੀ ਤੁਹਾਡੀ ਗੱਲ ਹੋਈ, ਇਹ ਸੌਦਾ ਹੋਇਆ, ਐਵੇਂ ਮਜ਼ਾਕ ਨਾ ਬਣੋ। ਤੁਸੀਂ ਆਪਣੇ ਦੋਸਤ ਨੂੰ ਫੋਨ ਕਰ ਲਓ ਨਾ ਜਿਹਨਾਂ ਨਾਲ ਗੱਲ ਕੀਤੀ ਸੀ। ਕਿਹਦੇ ਨਾਲ? ਮੈਂ ਵੈਸੇ ਗੱਲ ਕੀਤੀ, ਮੈਂ ਕਿਹਾ ਵੇਚਣੀ ਹਾਲੀ ਤਾਂ ਗੱਲਬਾਤ ਨਹੀਂ ਹੋਈ। ਨਹੀਂ ਉੱਧਰ ਮੈਂ ਤੁਹਾਡੀ ਗੱਲ ਸੁਣਨ ਡਿਆ ਸੀ ਫੋਨ ਤੇ, ਤੁਸੀਂ ਕਿਹਾ ਜੀ ਗੱਡੀ ਮੈਂ ਵੇਚਣੀ ਹੈ ਤੇ ਉਹ ਦੋਸਤ ਨੂੰ ਮੈਂ ਪੁੱਛਿਆ, ਮੈਂ ਕਿਹਾ ਅਕਰਮ ਸਾਹਿਬ ਨੇ ਗੱਡੀ ਵੇਚਣੀ? ਉਹਨਾਂ ਨੇ ਕਿਹਾ ਵੇਚਣੀ ਹੈ ਤੇ ਮੈਂ ਉਹਨਾਂ ਨੂੰ ਉਸੇ ਵੇਲੇ ਪੈਸੇ ਦਿੱਤੇ ਨੇ। ਉਹਨਾਂ ਨੇ ਕਿਹਾ ਜੀ ਤੁਸੀਂ ਗੱਡੀ ਲੈ ਆਓ, ਮੈਂ ਜਾਣਾ ਤੇ ਅਕਰਮ ਜਾਣਾ। ਮੈਂ ਸਿਰਫ ਇਹ ਕਿਹਾ ਕਿ ਹਲੀ ਵੇਚਣੀ, ਮੈਂ ਉਹਦੇ ਨਾਲ ਸੌਦਾ ਨਹੀਂ ਕੀਤਾ ਨਾ ਕੋਈ ਵੀ। ਹਾਂ ਤੇ ਹੋ ਗਈ ਨਾ ਤੁਹਾਡੀ ਗੱਲ? ਯਾਰ ਹੋ ਕਿੱਥੋਂ ਗਈ ਲਿਓ ਦੋ ਚਾਬੀ ਭਾਈ? 1,60,000 ਵੀ ਭਾਈ ਨੂੰ ਪਤਾ ਕੀ ਇਹ ਤੁਸੀਂ ਗੱਲ ਹੋਈ ਹੈ ਤੁਹਾਡੇ ਨਾਲ? ਯਾਰ ਇੱਧਰ ਬਾਹਰ ਨਿਕਲ, ਤੈਨੂੰ ਕਿਹਾ ਮੈਂ ਬਾਹਰ ਨਿਕਲ, ਚੱਲ ਪਿੱਛੇ ਹਟ। ਉਹ ਭਾਈ ਤੁਹਾਡੀ ਮਿਹਰਬਾਨੀ, 1,60,000 ਉਹ ਹੈਲੋ ਮਿੰਟ ਭਾਈ ਬਾਹਰ। ਉਹ ਭੈਣ ਤੁਸੀਂ ਤੇ ਮਜ਼ਾਕ ਕਰਨ ਦੇ ਅਕਰਮ ਸਾਹਿਬ। ਯਾਰ ਨਹੀਂ, ਕਿਹਦੀ ਰਹਿਣ ਦੇ ਭਾਈ? ਕਿਹੜੀ ਜੁੱਤੀ ਰਹਿ ਗਈ? ਜੁੱਤੀ ਵਿੱਚ ਰਹਿ ਗਈ ਹੈ। ਕਿਹਦੇ ਵਿੱਚ ਜੁੱਤੀ ਰਹਿ ਗਈ? ਜੁੱਤੀ ਹੈ ਦੇਖੋ, ਤੂੰ ਆਇਆ ਹੀ ਇੱਕ ਪੈਰ ਨਾਲ, 1,60,000 ਇੱਕ ਪੈਰ ਪਾਇਆ ਸੀ ਤੁਸੀਂ। 1,60,000 ਦੀ ਜਦੋਂ ਗੱਡੀ ਲਈ ਤਾਂ ਜੁੱਤੀ ਦਾ ਵੀ ਇੱਕ ਪੈਰ ਹੀ ਲਿਆ ਹੋਣਾ। ਚਲੋ ਜਾਓ ਕੰਮ। ਉਹ ਕੋਈ ਨਹੀਂ, ਗੱਡੀ 'ਚੋਂ ਆਪਣੀ ਤੇ ਜੁੱਤੀ ਵਿੱਚ ਰਹਿ ਗਈ ਤੇ ਕਿਹੜੀ ਗੱਲ ਹੈ? ਆਪਣੀ ਤੇ ਪਾਇਆ ਨੂੰ ਪਤਾ ਕੀ ਅਕਰਮ ਸਾਹਿਬ, ਤੁਸੀਂ ਸੁਪਰਸਟਾਰ ਆਦਮੀ ਹੈ, ਚੰਗਾ ਨਹੀਂ ਲੱਗਦਾ ਰੌਲਾ ਪਾਉਂਦੇ ਤੇ ਮੈਂ ਖੱਪ ਪਾਵਾਂਗਾ, ਅੱਛਾ ਨਹੀਂ ਲੱਗੇਗਾ। 1,60,000 ਰੁਪਇਆ ਤੁਹਾਡੇ ਦੋਸਤ ਨੂੰ ਦੇ ਦਿੱਤਾ ਅਸੀਂ। ਤੁਹਾਡੀ ਮਿਹਰਬਾਨੀ, ਜਾਓ ਕੰਮ ਕਰੋ। ਜਿਹਦੇ ਕੋਲ 1,60,000 ਦੀ ਗੱਡੀ ਯਾਰ, 1,60,000 ਰੁਪਇਆ ਥੋੜਾ ਹੁੰਦਾ? ਪੂਰੀ ਪੇਮੈਂਟ ਕਰ ਦਿੱਤੀ? ਪੂਰੀ ਪੇਮੈਂਟ ਨਗਦ ਕੀਤੀ ਹੈ ਜੀ। ਬਸ ਠੀਕ ਹੈ, ਫਿਰ ਉਹਨੂੰ ਦੇ ਦਿੱਤੇ ਨੇ? ਹਾਂਜੀ। ਗੱਡੀ ਵੀ ਉਹਦੇ ਕੋਲ ਲਵੋ? ਉਹਨੇ ਸਾਨੂੰ ਕਿਹਾ ਜੀ ਇਹ ਗੱਡੀ ਦਾ ਨੰਬਰ ਤੁਹਾਡਾ ਦੱਸਿਆ, ਉਹਨਾਂ ਨੇ ਗੱਡੀ ਦੱਸੀ। ਉਹ ਭਾਈ ਇਹਨੇ ਦਾ ਤਾਂ ਨੰਬਰ ਨਹੀਂ ਲੱਗਦਾ ਜਿਹੜਾ ਨੰਬਰ ਹੈ ਗੱਡੀ ਦਾ। ਨੰਬਰ ਭਾਜੀ ਮੈਂ ਲੱਗਾ ਪਿੱਛੇ, ਮੇਰਾ 30,000 ਦਾ ਨੰਬਰ ਲੱਗਾ ਬੜਾ। ਤੁਹਾਡਾ? ਹਾਂ, ਫਸਟ ਲੱਗਾ। ਲੈ ਹੁਣ ਤੇਰਾ ਹੀ ਨੰਬਰ ਲੱਗੇ, ਵੱਡੇ ਆ ਤੇਰੇ ਅੱਬੂ ਆਈ। ਅੱਛਾ, ਨਹੀਂ ਮਤਲਬ ਉਹ ਨਹੀਂ ਹੈਗੇ ਤੇ ਚਲੇ ਗਏ ਨਾ, ਹੁਣ ਤੇਰਾ ਹੀ ਨੰਬਰ ਲੱਗਣਾ ਹੀ। ਤੁਸੀਂ ਤਾਂ ਗੁੱਸਾ ਕਰਨ ਦੇ, ਗੁੱਸੇ ਵਾਲੀ ਗੱਲ ਹੀ ਨਹੀਂ ਹੈਗੀ। ਤੇ ਫਿਰ ਤੁਸੀਂ ਆਪਣੇ ਦੋਸਤ ਨੂੰ ਪੁੱਛੋ ਨਾ ਜਿੰਨੇ ਮੇਰੇ ਨਾਲ। ਮੈਂ ਕਿਉਂ ਪੁੱਛਾਂ? ਜਾਓ ਕੰਮ ਕਰੋ ਜਾ ਕੇ ਯਾਰ। ਦੋ ਲੜੋ ਨਾ, ਗੱਡੀ ਦੇ ਕਾਗਜ਼ ਦਿਓ ਮੈਨੂੰ। ਚਾਬੀ ਦੇ ਯਾਰ। ਉਹ ਭਾਈ ਪੈਸੇ ਦਿੱਤੇ ਨੇ ਪੂਰੇ? ਲੈ ਕਿਹਦੇ ਪੈਸੇ ਦਿੱਤੇ? ਚਾਬੀ ਦੇ। ਇੱਕ ਮਿੰਟ ਗੱਲ ਸੁਣੋ, ਇੱਕ ਮਿੰਟ ਇੱਧਰ ਆ ਯਾਰ, ਇੱਧਰ ਆ। ਪਾਇਨ ਗੱਲ ਸੁਣੋ, ਕਿੰਨੇ ਦੀ ਗੱਡੀ ਹੈ ਤੁਹਾਡੀ? ਹਾਂਜੀ ਕਿੰਨੇ ਦੀ? ਉਹ ਗੱਡੀ ਤੇ ਮਹਿੰਗੀ ਹੈ, 60,00,000 ਦੀ ਗੱਡੀ ਲਈ ਤੁਸੀਂ ਮੈਨੂੰ? ਤੇ ਅਸੀਂ 1,60,000 ਦੇਤਾ ਯਾਰ ਦੇਖੋ। ਹਾਂ ਦੇਖੋ, 1,60,000 ਦਿੱਤਾ ਤੁਹਾਡੀ, ਇਕੱਲੀ 60 ਦੀ ਗੱਡੀ ਹੈ ਤੇ ਹੋਰ ਤੁਸੀਂ ਕੀ ਲੈਣਾ ਜੀ? ਬੜੀ ਗੱਲ ਹੈ ਕਿ ਵਿਕ ਗਈ ਹੈ, ਟਾਈਮ ਨਾ ਵਿਕ ਗਈ ਹਨ। ਆਹੋ ਆਹੋ, ਸ਼ਾਮ ਦਾ ਟਾਈਮ ਮੈਨੂੰ ਖਜਾਓ ਨਾ ਉਹਦੇ ਲਿਓ। ਨਹੀਂ ਖਜਾਣ ਵਾਲੀ ਕਿਹੜੀ ਭਾਈ, ਪੈਸੇ ਦਿੱਤੇ ਹੋਰ 10,000 ਚਾਬੀ ਮੈਨੂੰ ਦੇ। ਤੁਸੀਂ ਭਾਜੀ ਆਪਣੇ ਦੋਸਤ ਨੂੰ ਫੋਨ ਮਿਲਾਓ ਜਿੰਨਾ ਤੁਸੀਂ ਗੱਲ ਕੀਤੀ। ਤੁਸੀਂ ਆਪਣੇ ਨੰਬਰ ਤੋਂ ਮਿਲਾ ਕੇ ਮੈਂ ਨੰਬਰ ਮਿਲਾ ਦਿੰਦਾ ਤੁਹਾਨੂੰ। ਮੇਰੀ ਗੱਲ ਕਰਾਓ, ਠਹਿਰ ਜਾਓ ਯਾਰ, ਮੈਂ ਕਰਾ ਦਿੰਦਾ ਗੱਲ। ਕੀ ਨਾਂ ਸੀ ਉਹਦਾ ਭਲਾ ਤੁਹਾਡੇ ਦੋਸਤ ਦਾ? ਉਹੀ ਜਿਹਦਾ, ਜਿਹੜਾ ਮੇਰਾ ਦੋਸਤ ਉਹਦਾ ਤੁਹਾਡੇ ਕੋਲ ਨੰਬਰ ਹੈਗਾ ਨਾ? ਹਾਂਜੀ ਹਾਂਜੀ, ਕਰ ਲਓ ਜੀ। ਜੀ ਭਾਜੀ ਸਲਾਮ ਅਲੈਕੁਮ। ਹਾਂ ਭਾਜੀ, ਮੈਂ ਉਹ ਗੱਡੀ ਅਕਰਮ ਸਾਹਿਬ ਵਾਲੀ ਲੈਣ ਆਇਆ ਸੀ ਤੇ ਉਹ ਤੇ ਇੱਥੇ ਰੌਲਾ ਪਾ ਕੇ ਬੈਠੇ ਨੇ।
ਅਸੀਂ 1,60,000 ਰੁਪਇਆ ਤੁਹਾਨੂੰ ਦਿੱਤਾ, ਤੁਸੀਂ ਕਿਹਾ ਸੀ ਗੱਡੀ ਓਕੇ ਹੈ ਅਤੇ ਉਹ ਮੈਂ ਲੈਣ ਆਇਆ, ਚਾਬੀ ਫੜ ਲਈ ਹੈ ਅਤੇ ਉਹ ਹੁਣ ਕਹਿ ਰਹੇ ਜੀ ਮੇਰੀ ਤਾਂ ਗੱਲ ਹੀ ਨਹੀਂ ਹੋਈ। ਅੱਛਾ ਆਹੋ ਵੇਚੀ ਇਹਨਾਂ ਨੇ, ਹਾਂ ਚਲੋ ਠੀਕ ਹੈ, ਉਹਨਾਂ ਨੇ ਕਿਹਾ ਜੀ ਵੇਚੀ ਹੈ ਗੱਡੀ, ਗੱਲ ਕਰਾਓ ਨਾ, ਉਹਨਾਂ ਨੇ ਕਿਹਾ ਵੀ ਕੀ ਹੈ ਤੁਸੀਂ ਲੈ ਜਾਓ, ਗੱਲ ਮੰਨੀ ਜਾਂਦੇ ਜਿਹਦੀ ਗੱਡੀ ਉਹਨੂੰ ਤਾਂ ਪੁੱਛ ਯਾਰ ਕਰ ਦਿੱਤੀ, ਜਿਹਦੇ ਨਾਲ ਸਾਡੀ ਗੱਲ ਹੋਈ ਅਸੀਂ ਉਹਦੀ ਮੰਨਣੀ ਕਿ ਤੁਹਾਡੀ ਮੰਨਣੀ, ਬਣੀ ਮੈਂ ਤੈਨੂੰ ਕਹਿ ਦਿੱਤਾ ਵਿੱਚ ਸਮਾਨ ਪਿਆ, ਉਹਦੀ ਵੀ ਜੁੱਤੀ ਵਿੱਚ ਪਈ ਹੈ, ਉਹਦਾ ਵੀ ਸਮਾਨ ਵਿੱਚ ਪਿਆ, ਲੋਕੀ ਕਹਿਣਗੇ ਉਹ ਮਾਲਕ, ਇੱਥੇ ਪ੍ਰੂਫ ਦਿੱਤਾ ਨਾ ਉਹ ਮਾਲਕ ਨਿਕਲਣਾ ਉਹਦੀ ਜੁੱਤੀ ਦਾ ਇੱਕ ਪੈਰ ਵਿੱਚ ਪਿਆ, ਤੇ ਮੇਰੀ ਦੋ ਦੋ ਪੈਰ ਵਾਲੀਆਂ ਵੀ ਪਿੱਛੇ ਪਈਆਂ ਨੇ, ਨਹੀਂ ਦੋ ਪੈਰ ਵਾਲੀਆਂ ਉਹਦੇ ਰੱਖ ਸਕਦਾ ਬੰਦਾ, ਇਹ ਤੇ ਹੁਣ ਇੱਕ ਪੈਰ ਵਾਲੀ ਕੀ ਇਹ ਪੌੜੀ ਤੇ ਆਇਆ, ਵਿਸਾਖੀਆਂ ਤੇ ਟੁਰਨ ਨੇ ਤੂੰ ਜਿਹੜਾ ਇੱਕ ਪੈਰ ਪਾ ਕੇ ਲੱਗਾ ਫਿਰ ਯਾਰ, ਭਾਈ ਇਹਨੇ ਇੰਜ ਨਹੀਂ ਮੰਨਣਾ, ਪੁਲਿਸ ਨੂੰ ਫੋਨ ਕਰਨੇ ਕਰ ਦੇ, ਕਰ ਫੋਨ ਪੁਲਿਸ, 1,60,000 ਰੁਪਇਆ ਦਿੱਤਾ ਹੈ ਜੀ। ਅਸਲਾਮ ਵਾਲੇਕਮ ਜੀ ਸਰ, ਸਖਾਵਤ ਬੋਲ ਰਿਹਾ ਭਾਜੀ ਮੈਂ, ਅਜੀ ਅਕਰਮ ਉਦਾਸ ਸਾਹਿਬ ਦੀ ਗੱਡੀ ਖਰੀਦੀ ਹੈ ਭਾਇਆ ਨੇ ਤੇ ਰੌਲਾ ਪਾ ਰਹੇ ਨੇ, ਦੱਸ ਦੇ ਦੱਸ ਦੇ, ਇੱਕ ਪੈਰ ਜੁੱਤੀ ਦਾ ਵੀ ਵਿੱਚ ਪਿਆ ਜੀ, ਹਾਂ ਵਿੱਚ ਕੱਪੜੇ ਮੇਰੇ ਪਏ ਨੇ, ਵਿੱਚ ਕੱਪੜੇ ਵੀ ਪਏ ਨੇ ਜੀ, ਪੈਂਟ ਵੀ ਪਈ ਹੈ, ਪੈਂਟ ਵੀ ਵਿੱਚ ਹੀ ਹੈ ਜੀ, ਪੁਰਾਣੀਆਂ ਜਰਾਬਾਂ ਵੀ ਦੋ ਪਈਆਂ, ਪੁਰਾਣੀਆਂ ਜਰਾਬਾਂ ਦੋ ਪਈਆਂ ਨੇ ਜੀ ਵਿੱਚ, ਹਾਂਜੀ ਵਿੱਚ ਦੋ ਲਾਈਟਾਂ ਚੱਲਦੀਆਂ ਜੀ, ਦੋ ਲਾਈਟਾਂ ਅੰਦਰ ਵਾਲੀਆਂ ਚੱਲਣ ਡੀਆਂ ਜੀ, ਆਟੋ ਗੱਡੀ ਸਾਰੀ ਆਟੋ ਗੱਡੀ ਹੈ ਜੀ ਸਾਰੀ, ਹਾਂਜੀ ਤੇ ਸਾਫ਼ ਜਰਾਬਾਂ ਵੀ ਪਈਆਂ ਨੇ, ਹਾਂਜੀ ਸਾਫ਼ ਜਰਾਬਾਂ, ਸਾਫ਼ ਜਰਾਬਾਂ ਵੀ ਪਈਆਂ, ਸਾਫ਼ ਜਰਾਬਾਂ ਵੀ ਵਿੱਚ ਪਈਆਂ ਨੇ, ਹਾਂਜੀ ਤੇ ਪੈਂਟ ਕਿਹੜੀ ਕਲਰ ਹੈ? ਜੀਨ ਦੇ ਕਲਰ ਦੀ, ਉਹਨਾਂ ਕਹਿੰਦਾ ਉਹ ਧੋਣ ਦੂਜੀ ਨੇ ਧੋ ਛੱਡਣ, ਉਹ ਪਹਿਲੇ ਵੀ ਜੀਨਸ ਕਲਰ ਦੀ ਪੈਂਟ ਹੈ ਜੀ, ਹਾਂਜੀ ਹਾਂਜੀ ਆ ਧੋਤੀ ਪਈ ਵਿੱਚ, ਉਹ ਆ ਤੇ ਫਿਰ ਲਿਖ ਲੈਣ ਉਹਨਾਂ, ਹਾਂਜੀ 1,60,000 ਰੁਪਇਆ ਜੀ ਲਿਖ ਲਓ ਤੁਸੀਂ, ਹਾਂਜੀ 1,60,000 ਰੁਪਇਆ, ਗੱਡੀ ਦਾ ਆਇਲ ਵੀ ਚੇਂਜ ਕਰਾਇਆ, ਗੱਡੀ ਦਾ ਆਇਲ ਵੀ ਚੇਂਜ ਕਰਾਇਆ ਜੀ, ਟਾਇਰ ਵੀ ਧੋਤੇ, ਟਾਇਰ ਵੀ ਧੋਤੇ ਨੇ ਜੀ, ਹਾਂਜੀ 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 ਹਾਂਜੀ, ਕਾਰਪੇਟ ਵੀ ਵਿਚਲਾ ਸਾਫ਼ ਕਰਾਇਆ, ਕਾਰਪੇਟ ਵੀ ਵਿਚਲਾ ਜਿਹੜਾ ਉਹਨਾਂ ਸਾਫ਼ ਕਰਾਇਆ, ਸੀਟਾਂ ਪੋਸ਼ਿੰਗ ਕਰਾਈਆਂ ਹੁਣ, ਉਹ ਸੀਟਾਂ ਦੀ ਪੋਸ਼ਿਸ਼ ਕਰਵਾਈ ਜੀ, ਕੋਸ਼ਿਸ਼ ਕਰਕੇ ਨਾ ਪੋਸ਼ਿਸ਼ ਕਰਵਾਈ, ਹਾਂਜੀ ਹਾਂਜੀ ਹਾਂਜੀ, ਅੱਛਾ ਠੀਕ ਹੈ ਸਰ, ਤੁਸੀਂ ਕਹਿ ਦਿੱਤਾ ਨਾ ਮੇਰੀ ਗੱਲ ਕਰੋ, ਨਹੀਂ ਉਹ ਕਹਿੰਦੇ ਜੀ ਲੈ ਜਾਓ ਗੱਡੀ ਤੁਸੀਂ, ਉਹਨਾਂ ਨੇ ਕਹਿ ਦਿੱਤਾ ਉਹ ਸਾਰਾ ਕੁਝ ਲਗਾ ਤਾ ਨਾ, ਜਦੋਂ ਵਿੱਚ ਦਿਓ ਗੱਡੀ ਤੇ ਯਾਰ ਪੈਸੇ ਦਿੱਤੇ ਨੇ 1,60,000 ਰੁਪਈਆ, ਯਾਰ ਗੱਡੀ ਨੂੰ ਛੱਡ ਤੂੰ ਜੁੱਤੀ ਲੱਭ ਆਪਣੀ, ਦੂਜਾ ਪੈਰ ਕਿੱਥੇ ਤੇ ਯਾਰ, ਭਾਈ ਤੁਸੀਂ ਤਾਂ ਮਜ਼ਾਕ ਕਰਨ ਨੂੰ, ਇਧਰ ਆਓ ਤੁਸੀਂ ਨਾ ਗੱਡੀ ਮੈਨੂੰ ਚੈੱਕ ਕਰਾਓ, ਨਹੀਂ ਨਹੀਂ ਗੱਡੀ ਚੈੱਕ ਖੋਲ ਕੇ ਵੇਖਨੇ, ਗੱਡੀ ਕੀ ਡਿੱਗੀ ਖੋਲ ਕੇ ਵਿਖਾਓ ਨਾ ਤੁਸੀਂ, ਇਹਦੇ ਵਿੱਚ ਕੀ ਹੈਗਾ ਜੇ, ਭਾਜੀ ਇਹ ਗੱਡੀ ਦਾ ਨੰਬਰ ਹੈ ਜੀ, ਇਹ ਵੇਖੋ ਇਹੀ ਹੈ ਜੀ, ਇਹੀ 1,60,000 ਰੁਪਈਆ ਲਈ ਹੈ, 666, ਹਾਂਜੀ ਇਹੀ ਨੰਬਰ ਹੈਗਾ ਬਸ, 1,60,000 ਦੀ ਇਹੀ ਹੈ, ਤੁਸੀਂ ਇਹ ਵਿਖਾਓ ਨਾ, ਐਵੇਂ ਸਾਰੇ ਇੰਜ ਦੀ ਹੁੰਦੀ ਹੈ ਭਾਜੀ, ਮੇਰੇ ਕੋਈ ਹੋਰ ਗੱਡੀ ਮੈਂ ਤੁਹਾਨੂੰ ਉਹ ਬਹਾਨਾ ਹੈ ਦਿਖਾਣਾ ਚਾਹੁੰਦਾ, ਨਹੀਂ ਉਹ ਨਹੀਂ ਉਹ ਨਹੀਂ ਭਾਜੀ, ਜਿਹਦੀ ਗੱਲ ਹੋਈ ਹੈ ਸੌਦਾ ਉਹੀ ਹੋਣਾ, ਚਾਬੀ ਤਾਂ ਦਿਓ ਨਾ, ਨਹੀਂ ਚਾਬੀ ਮੈਂ ਤੁਹਾਨੂੰ ਦੇ ਦੇਣਾ, ਲੇਕਿਨ ਗੱਡੀ ਇਹ ਹੀ ਲੈ ਕੇ ਜਾਣੀ ਜੇ, ਫੋਨ ਸੁਣ ਲਓ ਤੁਸੀਂ ਕੋਈ ਗੱਲ ਨਹੀਂ, ਉਹ ਤੁਸੀਂ ਅਸੀਂ ਇੱਥੇ ਖਲੋਤੇ ਆ, ਸੁਣ ਲਓ ਤੁਸੀਂ, ਨਹੀਂ ਨਹੀਂ ਮੈਂ ਬਾਅਦ ਚ ਸੁਣ ਲੈਣਾ, ਤੁਸੀਂ ਦੱਸੋ, ਹਾਂ ਦੱਸ ਨੇ ਤੁਹਾਨੂੰ ਭਾਜੀ ਪਹਿਲਾਂ ਤੁਸੀਂ ਚੈੱਕ ਕਰੋ, ਲਾਈਟਾਂ ਚੱਲਦੀਆਂ ਨੇ ਨਾ ਗੱਡੀ ਦੀਆਂ, ਹੈਲੋ ਉਹ ਵੇਖ ਲੈਨੇ ਅਸੀਂ ਫੋਨ ਤੇ ਗੱਲ ਕਰ ਰਹੇ ਨੇ, ਹੈਲੋ ਉੱਠਾਰੋ ਨੇਰੇ ਚਲਾਣੀ ਤੁਸੀਂ, ਲਾਈਟਾਂ ਚੱਲਦੀਆਂ ਉਹਦੇ ਦਿਓ ਮੈਨੂੰ, ਤੁਸੀਂ ਚਲਾ ਲੈਨੇ ਭਾਜੀ, ਤੁਸੀਂ ਚੈੱਕ ਕਰੋ, ਚਲਾ ਕਾਹਦੇ ਲਈ ਲੈਂਦੇ ਹੋ, ਗੱਡੀ ਮੇਰੀ ਹੈ ਤੁਸੀਂ ਐਵੇਂ ਚਲਾ ਲੈਂਦੇ, ਅਸੀਂ ਲੈ ਜਾਂਦੇ ਹਾਂ ਤੁਸੀਂ ਭਾਜੀ, ਮੈਂ ਦਿੱਤਾ ਗੱਡੀ ਤੇਰੀ ਭਾਈ, ਕਿਵੇਂ ਹੋ ਗਈ, ਪਤਾ ਕਿ ਮੇਰਾ ਦਿਮਾਗ ਖਰਾਬ ਹੋ ਜਾਣਾ, ਫਾਇਦਾ ਕੋਈ ਨਹੀਂ, ਦਿਮਾਗ ਭਾਜੀ ਤੁਹਾਡਾ ਨੰਗਾ ਰਹਿੰਦਾ, ਖਰਾਬ ਤੇ ਹੋਣਾ ਹੀ ਹੋਣਾ, ਨਹੀਂ ਮੈਂ ਤੁਹਾਨੂੰ ਕਹਿੰਦਾ ਕਿ ਜਾਓ, ਤੁਹਾਡੀ ਮਿਹਰਬਾਨੀ, ਨਹੀਂ ਉਹ ਚਾਬੀ ਤੁਹਾਡੀ ਸਹੀ ਹੈ ਭਾਜੀ ਨੇ, ਵੇਖੋ ਜਿਹੜਾ ਸੌਦਾ ਹੋ ਗਿਆ ਨਾ ਉਹ ਗੱਲ ਹੋਰ ਹੁੰਦੀ ਹੈ, ਚਾਬੀ ਕਿੱਥੇ, ਚਾਬੀ ਮੇਰੇ ਕੋਲ ਹੈ ਭਾਜੀ, ਵੇਖੋ ਨਾ ਤੁਸੀਂ, 1,60 ਤੇ 1 ਜੁੱਤੀ, ਚਲੋ ਮੈਂ ਦੇਣਾ ਤੁਹਾਨੂੰ, ਭਾਜੀ ਗੱਲ ਸੁਣੋ, ਗੱਡੀ ਦਾ ਸੌਦਾ ਹੋਇਆ, ਤੁਹਾਡੀ ਮਿਹਰਬਾਨੀ ਹੈ, ਮੈਂ ਦੇਣਾ ਤੁਹਾਨੂੰ, ਤੁਸੀਂ ਹੈਲੋ ਉਹ ਭਾਜੀ ਗੱਡੀ ਕਿਹਨੂੰ ਦੇ ਦਿੱਤਾ ਤੁਸੀਂ, ਇਹ ਨੰਬਰ ਕਿਹਨੂੰ ਦਿੱਤਾ, ਉਹ ਭਾਜੀ ਮੇਰੀ ਗੱਡੀ, ਭਾਜੀ ਗੱਡੀ ਜੁੱਤੀ ਤੇ ਕੱਢ ਦਿਓ ਮੁੰਡੇ ਦੀ ਵਿੱਚ, ਤੁਹਾਡੀ ਗੱਡੀ ਵੀ ਉੱਥੇ, ਜੁੱਤੀ ਵੀ ਉੱਥੇ, ਆ ਤੇ ਜੁੱਤੀ ਤੇ ਦੇ ਦਿਓ ਨਾ ਤੁਸੀਂ ਭਾਜੀ, 1,60,000 ਰੁਪਏ ਦਿੱਤਾ, 1 ਮਿੰਟ ਭਾਜੀ ਤੁਸੀਂ ਇੱਧਰ ਗੱਲ ਸੁਣੋ, ਅਕਰਮ ਸਾਹਿਬ ਇਹ ਚੰਗੀ ਗੱਲ ਨਹੀਂ, ਤੁਸੀਂ ਸਟਾਰ ਆਦਮੀ ਹੋ, ਅੱਛਾ ਨਹੀਂ ਲੱਗਦਾ ਬੰਦਾ ਐਵੇਂ ਹੱਥੋਂ ਪਾਈ ਹੁੰਦਾ, ਗੱਡੀ ਦਾ ਸੌਦਾ ਹੋਇਆ, ਤੁਸੀਂ ਗੱਡੀ ਸਾਡੇ ਹਵਾਲੇ ਕਰੋ, ਤੁਹਾਡੀ ਮਿਹਰਬਾਨੀ, ਉਹ ਨਹੀਂ ਗੱਲ ਦਿੰਦੇ ਕਿੱਥੇ ਭਾਜੀ, ਚਾਬੀ ਦੇ ਦਿਓ ਨਾ ਤੁਸੀਂ, ਤੁਸੀਂ ਭਾਜੀ 1 ਮਿੰਟ ਯਾਰ, ਪਰ ਆਓ ਜਾਓ 1 ਮਿੰਟ ਹੈ, ਜੁੱਤੀ ਤਾਂ ਦਿਓ, ਐਡੀ ਕਾਲੀ ਕਾਦੀ ਤੁਹਾਨੂੰ ਵਾਸ਼ਰੂਮ ਆਇਆ, ਕਿਹੜੀ ਜੁੱਤੀ, ਤੁਹਾਡੀ ਗੱਡੀ 'ਚ ਉਹਦੀ ਜੁੱਤੀ,
ਹੈ ਭਾਜੀ ਉਹ ਤੇ ਦੇ ਦੇ ਨਹੀਂ ਜੁੱਤੀ ਮੇਰੇ ਕੋਲ ਹੈ ਹੀ ਨਹੀਂ ਮੈਂ ਬੰਦੇ ਨੂੰ ਜਾਣਦੇ ਨਹੀਂ ਭਾਜੀ ਗੱਲ ਸੁਣੋ ਅਸੀਂ ਤੁਹਾਨੂੰ ਨਹੀਂ ਸੀ ਜਾਣਦੇ ਸੀ ਮੈਂ ਆਪ ਨਹੀਂ ਤੁਹਾਨੂੰ ਜਾਣਦਾ ਅਸੀਂ ਭਾਜੀ ਪੈਸੇ ਦੇ ਭਾਈ ਪੜਾਉਂਦੇ ਮੈਂ ਨਹੀਂ ਅੰਦਰ ਜਾਣ ਦੇਣਾ ਮੈਂ ਤਾਂ ਭਾਈ ਇਹ ਕਿਲਾ